ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ, ਜਮਾਤ ਪਹਿਲੀ ਵਿਸ਼ਾ ਗਣਿਤ ਅਧਿਆਇ 3 ਸੰਖਿਆਵਾਂ। ਹੁਣ ਤੱਕ ਪਿਆਰੇ ਬੱਚਿਓ ਆਪਾਂ 0 ਤੋਂ ਲੈ ਕੇ 49 ਤੀਕਰ ਜਿਹੜੀਆਂ ਸੰਖਿਆਵਾਂ ਹਾਂ ਸਿੱਖ ਚੁੱਕੇ ਹਾਂ। ਅੱਜ ਆਪਾਂ 50 ਤੋਂ ਲੈ ਕੇ 59 ਤੱਕ ਦੀ ਜਿਹੜੀ ਗਿਣਤੀ ਹੈ ਉਹ ਸਿੱਖਾਂਗੇ। ਉਸਨੂੰ ਆਪਾਂ ਮਾਨ ਕਾਰਡ ਕਰੰਸੀ ਨੋਟਾਂ ਦੀ ਸਹਾਇਤਾ ਦੇ ਨਾਲ ਬੋਲਣਾ ਅਤੇ ਲਿਖਣਾ ਸਿੱਖਾਂਗੇ। ਚਲੋ ਫਿਰ ਸਿੱਖਦੇ ਹਾਂ। ਹਾਂਜੀ ਪਿਆਰੇ ਬੱਚਿਓ, ਦੇਖੋ 10 ਰੁਪਏ ਦੇ ਕਿੰਨੇ ਨੋਟ ਹਨ ਆਪਣੇ ਕੋਲੇ। 10 ਰੁਪਏ ਦੇ 5 ਨੋਟ, 10, 20, 30, 40, 50। ਮਾਨ ਕਾਰਡ ਦੇ ਵਿੱਚ ਦੇਖੋ 50, ਅੱਗੇ ਦੇਖੋ 51, 51 ਮਾਨ ਕਾਰਡ ਦੇ ਵਿੱਚ ਦੇਖੋ ਪਿਆਰੇ ਬੱਚਿਓ, 51, 52, 52, 52 ਮਾਨ ਕਾਰਡ ਚ ਦੇਖੋ ਪਿਆਰੇ ਬੱਚਿਓ, 52, 52, 52, 53, 53, 53 ਮਾਨ ਕਾਰਡ ਚ ਦੇਖੋ, 53, 54, 54, 54, 54 ਮਾਨ ਕਾਰਡ ਵਿੱਚ ਦੇਖੋ, 54, 54, ਮਾਨ ਕਾਰਡ ਵਿੱਚ ਦੇਖੋ, 55, 55, 55, 55, 55, 55, 56, 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
ਤਰ੍ਹਾਂ ਲਿਖਦੇ ਹਾਂ ਆਪਾਂ, ਪੰਜਾਹ ਸੱਤ, ਪੰਜਾਹ ਸੱਤ, ਸਤਵੰਜਾ, ਮਾਨਗੜ੍ਹ ਵਿੱਚ ਦੇਖੋ, ਪੰਜਾਹ ਸੱਤ ਸਤਵੰਜਾ, ਪੰਜਾਹ ਅੱਠ, ਪੰਜਾਹ ਅੱਠ, ਮਾਨਗੜ੍ਹ 'ਚ ਦੇਖੋ, ਪੰਜਾਹ ਅੱਠ, ਪੰਜਾਹ ਅੱਠ ਅਠਵੰਜਾ। ਹਾਂਜੀ ਪਿਆਰੇ ਬੱਚਿਓ, ਧਿਆਨ ਨਾਲ ਦੇਖੋ, ਪੰਜ ਦਸ ਦਸ ਦੇ ਨੋਟ, ਅੱਠ ਇੱਕ ਇੱਕ ਦੇ ਨੋਟ, ਮਤਲਬ ਪੰਜ ਦਹਾਈਆਂ ਅੱਠ ਇਕਾਈਆਂ, ਕਿਹੜੀ ਸੰਖਿਆ ਬਣੀ? ਪੰਜਾਹ ਅੱਠ ਅਠਵੰਜਾ। ਅੱਗੇ ਦੇਖੋ, ਪੰਜਾਹ ਨੌ, ਨੌ ਇੱਕ ਇੱਕ ਦੇ ਨੋਟ, ਪੰਜਾਹ ਨੌ ਉਨਾਹਠ, ਮਾਨਗੜ੍ਹ 'ਚ ਦੇਖੋ, ਪੰਜਾਹ ਨੌ ਉਨਾਹਠ। ਹਾਂਜੀ ਦੇਖੋ ਬੱਚੋ, ਕਿੰਨੀਆਂ ਦਹਾਈਆਂ ਹੋਈਆਂ? ਪੰਜ ਦਹਾਈਆਂ ਨੌ ਇਕਾਈਆਂ, ਪੰਜਾਹ ਨੌ ਉਨਾਹਠ। ਇੱਕ ਵਾਰੀ ਫੇਰ ਤੋਂ ਦੁਹਰਾਉਂਦੇ ਹਾਂ ਪਿਆਰੇ ਬੱਚਿਓ, ਆਪਾਂ ਦੇਖੋ ਦਸ ਦੇ ਕਿੰਨੇ ਨੋਟ ਹਨ? ਦਸ ਰੁਪਏ ਦੇ ਪੰਜ ਨੋਟ, ਦਸ ਰੁਪਏ ਦੇ ਪੰਜ ਨੋਟ, ਪੰਜਾਹ। ਮਾਨਗੜ੍ਹ 'ਚ ਦੇਖੋ ਪੰਜਾਹ ਕਿੱਦਾਂ ਲਿਖਦੇ ਹਾਂ ਆਪਾਂ? ਹਾਂਜੀ ਪੰਜਾਹ ਇੱਕ ਇਕਵੰਜਾ, ਇਕਵੰਜਾ, ਪੰਜਾਹ ਦੋ ਬਵੰਜਾ, ਪੰਜਾਹ ਤਿੰਨ ਤਰਵੰਜਾ, ਪੰਜਾਹ ਚਾਰ ਚੁਰੰਜਾ, ਪੰਜਾਹ ਪੰਜ ਪਚਵੰਜਾ। ਮਾਨਗੜ੍ਹ 'ਚ ਦੇਖੋ ਪੰਜਾਹ ਪੰਜ ਪਚਵੰਜਾ, ਪੰਜਾਹ ਛੇ ਛਪੰਜਾ, ਪੰਜਾਹ ਛੇ ਛਪੰਜਾ, ਪੰਜਾਹ ਸੱਤ ਸਤਵੰਜਾ, ਪੰਜਾਹ ਸੱਤ
57 58 ਮਾਨਕਾਰਡ ਚ ਦੇਖੋ ਇਧਰ ਦੇਖੋ ਹਾਂਜੀ 5 ਤੇ 8 50 5 ਨੋਟ ਦੱਸਦੇ 50 ਤੇ 8 58 59 ਹਾਂਜੀ ਪਿਆਰੇ ਬੱਚਿਓ ਹੁਣ ਮੇਰੇ ਨਾਲ ਤੁਸੀਂ ਗਿਣਤੀ ਇਹ ਬੋਲਣੀ ਹੈ 50 51 52 53 54 55 56 57 58 59 ਹੁਣ ਵਾਰੀ ਹੈ ਪਿਆਰੇ ਬੱਚਿਓ ਪੰਜਾਬ ਅਚੀਵਮੈਂਟ ਸਰਵੇਖਣ ਦੇ ਟੈਸਟ ਦੀ ਤਿਆਰੀ ਦੇ ਅਭਿਆਸ ਪ੍ਰਸ਼ਨਾਂ ਦੀ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਪਹਿਲੇ ਪ੍ਰਸ਼ਨ ਵਿੱਚ ਸਾਡੇ ਤੋਂ ਕੀ ਪੁੱਛਿਆ ਗਿਆ ਹੈ ਸਭ ਤੋਂ ਪਹਿਲੇ ਪ੍ਰਸ਼ਨ ਵਿੱਚ ਪਿਆਰੇ ਬੱਚਿਓ ਸਾਨੂੰ ਪੁੱਛਿਆ ਗਿਆ ਹੈ 50 53 53 ਦੇ ਵਿੱਚ ਕਿੰਨੀਆਂ ਇਕਾਈਆਂ ਹਨ ਇਕਾਈ ਵਾਲੇ ਸਥਾਨ ਤੇ ਕਿਹੜਾ ਅੰਕ ਆ ਰਿਹਾ ਹੈ ਹਾਂਜੀ ਸ਼ਾਬਸ਼ ਬੱਚਿਓ ਦੇਖੋ ਇਕਾਈ ਵਾਲੇ ਸਥਾਨ ਦੇ ਉੱਪਰ ਸਾਡੇ ਕੋਲੇ 3 ਅੰਕ ਆ ਰਿਹਾ ਹੈ ਅਤੇ 3 ਅੰਕ ਦੇਖੋ ਕਿਹੜੇ ਵਿਕਲਪ ਉੱਪਰ ਦਿੱਤਾ ਗਿਆ ਹੈ ਹਾਂਜੀ 3 ਅੰਕ ਐੜੇ ਵਿਕਲਪ ਉੱਪਰ ਦਿੱਤਾ ਗਿਆ ਹੈ ਆਪਾਂ ਐੜੇ ਦੇ ਉੱਪਰ ਟਿਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 2 ਦੇ ਵਿੱਚ ਦੇਖੋ ਪਿਆਰੇ ਬੱਚਿਓ ਸਾਨੂੰ ਸੰਖਿਆ ਉਹੀ ਹੈ ਲੇਕਿਨ ਸਾਨੂੰ ਇਕਾਈਆਂ ਦੀ ਜਗ੍ਹਾ ਤੇ ਦਹਾਈਆਂ ਪੁੱਛਿਆ ਗਿਆ ਹੈ 50 53 ਦੇ ਵਿੱਚ ਕਿੰਨੀਆਂ ਦਹਾਈਆਂ ਹੁੰਦੀਆਂ ਹਨ ਹਾਂਜੀ 50 ਚ ਆਪਾਂ ਕਿੰਨੀਆਂ ਦਹਾਈਆਂ ਕਰਦੇ ਹਾਂ 5 50 53 ਦੇ ਵਿੱਚ ਇਸਦਾ ਮਤਲਬ 5 ਦਹਾਈਆਂ ਹੁੰਦੀਆਂ ਹਨ ਅਤੇ 5 ਕਿਹੜੇ ਵਿਕਲਪ ਉੱਪਰ ਦਿੱਤਾ ਗਿਆ ਹੈ ਹਾਂਜੀ 5 ਸਾਨੂੰ ਊੜੇ ਵਿਕਲਪ ਉੱਪਰ ਦਿੱਤਾ ਗਿਆ ਹੈ ਆਪਾਂ ਊੜੇ ਦੇ ਉੱਪਰ ਟਿਕ ਦਾ ਨਿਸ਼ਾਨ ਲਗਾਵਾਂਗੇ ਅਗਲੇ ਪ੍ਰਸ਼ਨ ਵਿੱਚ ਦੇਖੋ ਪ੍ਰਸ਼ਨ ਨੰਬਰ 3 ਦੇ ਵਿੱਚ ਸੰਖਿਆ 50 ਦੇ ਵਿੱਚ ਕਿੰਨੀਆਂ ਇਕਾਈਆਂ ਹਨ ਸੰਖਿਆ ਕਿਹੜੀ ਦਿੱਤੀ ਗਈ ਹੈ ਸਾਨੂੰ 50 ਦੇ ਵਿੱਚ ਕਿੰਨੀਆਂ ਇਕਾਈਆਂ ਹਨ ਬੱਚਿਓ ਹਾਂਜੀ ਦੇਖੋ 50 ਦੇ ਵਿੱਚ 0 ਇਕਾਈ 50 ਦੇ ਵਿੱਚ 0 ਇਕਾਈ 50 ਮਤਲਬ 5 ਦਹਾਈਆਂ ਉਸ ਵਿੱਚ ਕੱਲੀਆਂ ਦਹਾਈਆਂ ਹਨ ਇਸਦਾ ਮਤਲਬ ਇਹਦਾ ਉੱਤਰ ਕਿਹੜੇ ਵਿਕਲਪ ਉੱਪਰ ਸਹੀ ਹੈ ਈੜੀ ਵਿਕਲਪ ਉੱਪਰ ਸਹੀ ਹੈ ਇਸ ਦੇ ਉੱਪਰ ਆਪਾਂ ਟਿਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 4 ਵਿੱਚ ਦੇਖੋ ਪਿਆਰੇ ਬੱਚਿਓ ਸੰਖਿਆ ਉਹੀ ਹੈ 50 ਲੇਕਿਨ ਹੁਣ ਇਕਾਈਆਂ ਦੀ ਜਗ੍ਹਾ ਤੇ ਆਪਾਂ ਦਹਾਈਆਂ ਦੱਸਣੀਆਂ ਹਨ 50 ਦੇ ਵਿੱਚ ਕਿੰਨੀਆਂ ਦਹਾਈਆਂ ਹੁੰਦੀਆਂ ਹਨ 50 ਦੇ ਵਿੱਚ ਪਿਆਰੇ ਬੱਚਿਓ 5 ਦਹਾਈਆਂ ਹਾਂਜੀ ਕਿਸ ਵਿਕਲਪ ਉੱਪਰ ਸਹੀ ਉੱਤਰ ਹੈ ਊੜੇ ਦੇ ਉੱਪਰ ਤੇ ਆਪਾਂ ਊੜੇ ਦੇ ਉੱਪਰ ਟਿਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 5 ਵਿੱਚ ਦੇਖੋ ਪਿਆਰੇ ਬੱਚਿਓ ਸਾਨੂੰ ਕੀ ਪੁੱਛਿਆ ਗਿਆ ਹੈ 5 ਦਹਾਈਆਂ ਅਤੇ 8 ਇਕਾਈਆਂ ਮਿਲ ਕੇ ਕਿਹੜੀ ਸੰਖਿਆ ਬਣਾਉਣਗੀਆਂ 5 ਦਹਾਈਆਂ 50 8 ਇਕਾਈਆਂ 8 50 8 ਕਿਹੜੀ ਸੰਖਿਆ ਬਣੀ 50 8 58 ਸ਼ਾਬਾਸ਼ 58 ਕਿਹੜੇ ਵਿਕਲਪ ਉੱਪਰ ਸਹੀ ਹੈ ਹਾਂਜੀ 58 ਸਾਨੂੰ ਈੜੀ ਵਿਕਲਪ ਦੇ ਉੱਪਰ ਦਿੱਤਾ ਗਿਆ ਹੈ ਆਪਾਂ ਈੜੀ ਦੇ ਉੱਪਰ ਟਿਕ ਦਾ ਨਿਸ਼ਾਨ ਲਗਾਵਾਂਗੇ ਹਾਂਜੀ ਬੇਟਾ ਹੁਣ ਤੁਸੀਂ ਘਰ ਦੇ ਕੰਮ ਦੇ ਵਿੱਚ ਇਹ ਸਾਰੀ ਗਿਣਤੀ ਇੱਕ ਵਾਰੀ ਫੇਰ ਤੋਂ ਦੁਹਰਾਉਣੀ ਹੈ ਅਤੇ ਸੋਹਣਾ ਸੋਹਣਾ ਕਰਕੇ ਇਸ ਨੂੰ ਆਪਣੀ ਕਾਪੀਆਂ ਦੇ ਉੱਪਰ ਲਿਖਣਾ ਹੈ